ਪਸੰਦ ਨਹੀਂ ਹੋ ਰਿਹਾ ਸੀ। ਮਾਸੀ ਇੰਨੀ ਕੁ ਜ਼ਿਆਦਾ ਮਿਹਨਤ ਲਾ ਕੇ ਕੀਤਾ, ਸੋਚ ਨਹੀਂ ਸਕਦੇ ਤੁਸੀਂ। ਸਮਾਨ ਪੈ ਗਿਆ, ਹੁਣ ਮੈਂ ਚੱਲੀ ਹਾਂ, ਚਲੋ ਸਟੇਸ਼ਨ 'ਤੇ ਚੱਲਦੇ ਹਾਂ। ਆਹ ਦੇਖ ਲਓ ਟੈਚੀ ਮੇਰਾ, ਭਾਰਾ ਬੜਾ ਆ। 9 ਵਜੇ ਵਾਲੀ ਮੈਂ ਟ੍ਰੇਨ ਫੜਨੀ ਸੀਗੀ, ਬਟ 9 ਵਜੇ ਮੈਂ ਘਰੋਂ ਹੀ ਤੁਰੀ ਹਾਂ ਕਿਉਂਕਿ ਮੇਰਾ ਟੈਚੀ ਨਹੀਂ ਬੰਦ ਹੋ ਰਿਹਾ ਸੀ। ਘਰੋਂ ਵੀ ਸਟੇਅਰਸ ਤੋਂ ਲਾ ਕੇ ਲੈ ਕੇ ਆਉਂਦਾ ਕਿਉਂਕਿ ਥੋੜ੍ਹਾ ਜਿਹਾ ਭਾਰ ਵੱਧ ਗਿਆ ਆ, ਮੈਂ ਇੱਥੇ ਆ ਕੇ ਸਮਾਨ ਲਿਆ ਨਾ ਤਾਂ ਕਰਕੇ। ਮੇਰਾ ਜਿਹੜਾ ਸੈਕਿੰਡ ਵਾਲਾ ਅਗਲੇ ਵਾਲਾ ਸਟੇਸ਼ਨ ਸੀਗਾ ਉਹ ਪਲੈਟਫਾਰਮ 1 ਸੀਗਾ, ਆਹ ਸੈਕਿੰਡ ਸੀਗਾ। ਮੈਂ ਪਹਿਲੇ ਤੋਂ ਲਿਫਟ ਲੈ ਕੇ 2 ਵਾਰ ਲਿਫਟ ਲੈ ਕੇ ਦੂਜੇ ਅਗਲੇ ਪਾਸੇ ਚੱਲੀ, ਜਦਕਿ ਮੈਂ ਇੱਥੋਂ ਹੀ ਸੀਗਾ। ਇੱਦਾਂ ਚੀਜ਼ਾਂ ਮਿਲਣੀਆਂ ਹੁੰਦੀਆਂ ਰਹਿੰਦੀਆਂ। ਉੱਥੋਂ ਮੈਂ ਘਰੋਂ ਤੁਰ ਕੇ ਆਈ ਸੀ, ਮੈਂ ਉਹ ਲਿਫਟ ਲੈ ਕੇ ਉੱਪਰ ਗਈ, ਫਿਰ ਮੈਂ ਤੁਰ ਕੇ ਗਈ ਸਾਰਾ, ਫਿਰ ਉਹ ਲਿਫਟ ਲਈ ਥੱਲੇ ਆਈ, ਫਿਰ ਉੱਥੇ ਮੈਂ ਦੇਖਿਆ ਮੇਰੀ ਤਾਂ ਇੱਥੇ ਟ੍ਰੇਨ ਹੀ ਹੈ ਨਹੀਂ, ਫਿਰ ਮੈਂ ਵਾਪਸ ਇੱਦਾਂ ਜਾ ਕੇ ਫਿਰ ਇੱਦਾਂ ਭਾਰਾ ਟੈਚ ਲੈ ਕੇ ਫਿਰ ਇੱਥੇ ਆਈ ਮੈਂ। ਡੋਮੈਸਟਿਕ ਏਅਰਪੋਰਟ 'ਤੇ ਆ ਗਈ ਹਾਂ, ਮਤਲਬ ਡੋਮੈਸਟਿਕ ਵਾਲੀ ਜਿਹੜਾ ਜਿੱਥੇ ਟ੍ਰੇਨ ਨੇ ਲਾਇਆ ਉੱਥੇ ਆ ਗਿਆ। ਹੁਣ ਲਿਫਟ ਲੈ ਕੇ ਜਾਣਾ ਆ ਏਅਰਪੋਰਟ 'ਤੇ। ਮੈਂ ਏਅਰਪੋਰਟ 'ਤੇ ਆ ਗਈ, ਚੈਕਿੰਗ ਕਰਾ ਲਿਆ, ਸਕਿਉਰਟੀ ਚੈੱਕ ਵੀ ਹੋ ਗਿਆ, ਅਤੇ ਮੈਂ ਹੁਣ ਬਰੀਟੋ ਲਿਆ ਖਾਣ ਲਈ। $19.60 ਸਮਥਿੰਗ ਦਾ ਕੁਛ ਆਇਆ ਆ, ਬਟ ਮੈਨੂੰ ਉਹਨਾਂ ਦੀ ਸਰਵਿਸ ਵਾਲੀ ਜਿਹਾ ਲੱਗ, ਬਹੁਤ ਰੂਡ ਜਿਹੇ ਸੀਗੇ ਉਹ। ਆ ਮੇਰਾ ਬਰੀਟੋ, ਜਿਹੜਾ ਮੈਂ ਬਰੀਟੋ ਲਿਆ ਬਕਵਾਸ ਦਾ ਟੇਸਟ ਹੈਗਾ, ਬਿਲਕੁਲ ਸਵਾਦ ਨਹੀਂ। ਹੁਣ ਮੈਂ ਕੁਛ ਹੋਰ ਲੈ ਆਈ ਹਾਂ ਖਾਣ ਨੂੰ। ਇਹ ਮੈਂ ਅਸਾਈ ਬੋਲ ਔਡਰ ਕੀਤਾ ਆ, $15.07 ਦਾ ਸੀਗਾ ਕੁਛ, ਅਤੇ ਆਹ ਵਾਲਾ ਕਿਉਂਕਿ ਮੇਰਾ ਫਰੂਟਸ ਖਾਣ ਦਿਲ ਕਰਦਾ ਸੀਗਾ ਤਾਂ ਕਰਕੇ। ਮੈਂ ਨਾ ਅਨਹੈਲਦੀ ਬਹੁਤ ਜ਼ਿਆਦਾ ਖਾਂਦੀ ਹਾਂ, ਮੈਨੂੰ ਪਤਾ ਆ, ਬਟ ਮੈਂ ਹੈਲਦੀ ਵੀ ਖਾਂਦੀ ਹਾਂ, ਮੈਂ ਅਨਹੈਲਦੀ ਦੇ ਨਾਲ ਹੈਲਦੀ ਖਾਂਦੀ ਹਾਂ। ਅਤੇ ਇੰਨੇ ਦਿਨ ਹੋ ਗਏ ਮੈਂ ਕੁਛ ਵੀ ਹੈਲਦੀ ਨਹੀਂ ਖਾਧਾ, ਅਤੇ ਆਹ ਜਦੋਂ ਮੈਂ ਖਾਧਾ ਨਾ ਮੈਨੂੰ ਇੰਨਾ ਕੁ ਜ਼ਿਆਦਾ ਸਵਾਦ ਲੱਗਾ, ਕੋਈ ਗੱਲ ਨਹੀਂ ਇਹਦੇ ਅੱਗੇ। ਸਟ੍ਰੋਬੇਰੀ ਜਾਂ ਬਨਾਨਾ, ਚੀਆ ਸੀ, ਡਰਾਈ ਕੋਕੋਨਟ, ਗਰਨੋਲਾ ਆ, ਗੂਜੀ ਬੈਰੀਜ ਆ, ਅਤੇ ਬਹੁਤ ਜ਼ਿਆਦਾ ਯਮ ਹੈ। ਹੁਣ ਮੈਂ ਹਾਂ ਬੱਸ ਦਾ ਟੋਪ ਅਪ ਲੈ ਲਿਆ, ਬੱਸ ਟ੍ਰੇਨ ਦਾ ਇੱਕ ਆਪਸ਼ਨ ਆਉਂਦੀ ਸੀ, ਸਿਰਫ ਇਹ 'ਚ ਸਾਰੀਆਂ ਚੀਜ਼ਾਂ ਨਹੀਂ ਇੰਕਲੂਡਿਡ, ਇਹ 'ਚ ਸਾਰੀਆਂ ਚੀਜ਼ਾਂ ਸੀ, ਅਤੇ ਆਹ ਸਿਰਫ ਡੇਲੀ ਸੀਗਾ, ਆਹ ਜਿੱਦਾਂ ਮੇਰੇ ਤੋਂ ਪਹਿਲਾਂ ਕਾਰਡ ਸੀ ਉੱਦਾਂ ਸੀ। ਇਹ $30.33 ਦਾ ਲਿਆ ਮੈਂ। ਹੈਲੋ ਹੈਲੋ, ਮੈਂ ਬੱਸ ਤੋਂ ਉਤਰ ਕੇ ਇੱਥੇ ਆ ਗਈ, ਮਤਲਬ ਰੇਲਵੇ ਸਟੇਸ਼ਨ 'ਤੇ ਹੁਣ ਆ ਗਈ। ਮੈਂ ਆ ਕੇ ਇੱਥੇ ਦੇਖਿਆ ਸਿਡਨੀ ਦੇ ਕੰਪੈਰੀਜ਼ਨ, ਮਤਲਬ ਇੱਥੇ ਕੋਈ ਵੀ ਨਹੀਂ ਹੈਗਾ, ਕੋਈ ਵੀ ਨਹੀਂ ਹੈਗਾ, ਬਹੁਤ ਜ਼ਿਆਦਾ ਸ਼ਾਂਤੀ ਆ। ਔਰ 2 ਜਣੇ ਬੈਠੇ ਬਸ, ਹੋਰ ਕੋਈ ਨਹੀਂ ਹੈਗਾ। ਇਹ ਮੈਂ ਹੁਣ ਆਈ ਹਾਂ ਗੋਲਡ ਕੋਸਟ। ਸਿਡਨੀ ਤਾਂ ਮੈਂ ਘੁੰਮ ਲਿਆ, ਹੁਣ ਸਿਡਨੀ ਦੇ ਬਾਅਦ 'ਚ ਮੈਂ ਆਈ ਹਾਂ, ਹੁਣ ਆਈ ਹਾਂ ਅੱਜ ਗੋਲਡ ਕੋਸਟ, ਅਤੇ ਹੁਣ ਮੈਂ ਜਿੱਥੇ ਰਹਿਣਾ ਉਹ ਜਗ੍ਹਾ 'ਤੇ ਚੱਲੀ ਹਾਂ। ਪਹਿਲਾਂ ਏਅਰਪੋਰਟ ਤੋਂ 1.5 ਘੰਟਾ ਲੱਗਣਾ ਉੱਥੇ ਪਹੁੰਚਣ ਨੂੰ, ਮਤਲਬ ਹੁਣ ਘੰਟਾ ਰਹਿ ਗਿਆ, ਅੱਧਾ ਘੰਟਾ ਆਲਰੇਡੀ ਨਿਕਲ ਗਿਆ। ਮੈਂ ਟ੍ਰੇਨ ਦੇ ਵਿੱਚ ਆ ਗਈ, ਕੋਈ ਨਹੀਂ ਹੈਗਾ ਟ੍ਰੇਨ ਦੇ ਵਿੱਚ, ਖਾਲੀ ਆ ਟ੍ਰੇਨ, ਹੁਣ 1 ਜਣਾ ਆਇਆ। ਇੰਨੀ ਖਾਲੀ ਟ੍ਰੇਨ, ਸੀਰੀਅਸਲੀ ਬਹੁਤ ਖਾਲੀ ਆ। ਥੋੜ੍ਹਾ ਇਹ ਸਟੇਸ਼ਨ ਮੇਰੀ ਕਹਿੰਦੇ ਕਨਫਿਊਜ਼ਿੰਗ ਆ, ਕਿਉਂਕਿ ਮੈਂ ਪਲੈਟਫਾਰਮ 2 'ਤੇ ਬੈਠੀ ਸੀਗੀ, ਟ੍ਰੇਨ ਪਲੈਟਫਾਰਮ 1 'ਤੇ ਆ ਗਈ। ਇਹ ਕਹਿੰਦੇ ਸਿਰਫ ਇਹ ਥੋੜ੍ਹਾ ਕਨਫਿਊਜ਼ਿੰਗ ਆ, ਉਹ ਮੈਨੂੰ ਆਪੇ ਹੀ, ਮੈਂ ਬੈਠੀ ਸੀ ਆਰਾਮ ਨਾਲ, ਮੈਂ ਵੇਟ ਕਰਦੀ ਸੀ ਟ੍ਰੇਨ ਦੇ ਉਧਰਲੇ ਪਾਸੇ, ਜਿਹੜਾ ਬੰਦਾ ਇੱਥੇ ਕੰਮ ਕਰਦਾ ਉਹ ਆਇਆ, ਕਹਿੰਦਾ ਵਾਲੀ ਟ੍ਰੇਨ ਆ, ਕਹਿੰਦਾ ਇੱਥੇ ਜਾਣਾ ਪੈਣਾ। ਮੈਂ ਕਿਹਾ ਉੱਥੇ ਤਾਂ ਪਲੈਟਫਾਰਮ 2 ਲਿਖਿਆ, ਕਹਿੰਦਾ ਬਿਟ ਕਨਫਿਊਜ਼ਿੰਗ ਹੈ, ਕਹਿੰਦਾ ਪਤਾ ਨਹੀਂ ਕੁਛ ਕਹਿ ਰਿਹਾ ਸੀ, ਕਹਿੰਦਾ ਵੀ ਸਟੇਸ਼ਨ ਮੇਰੀ ਲਾਸਟ ਸਟੇਸ਼ਨ ਹੈ ਸਮਥਿੰਗ ਕੁਛ ਇੱਦਾਂ। ਤਾਂ ਫਿਰ ਮੈਂ ਆ ਕੇ ਬੈਠ ਗਈ ਇੱਥੇ,
ਇੱਥੇ ਨਾ ਬੱਸਿਸ ਦੇ ਵੱਖਰੇ ਵੱਖਰੇ ਸਟਾਪ ਬਣੇ ਹੋਏ ਆ, ਏ ਬੀ ਸੀ ਡੀ ਇੱਦਾਂ, ਅਤੇ ਇੱਥੇ ਮੇਰਾ ਦੱਸਿਆ ਹੋਇਆ ਮੇਰਾ ਡੀ ਸਟਾਪ ਆ, ਅਤੇ ਮੈਂ ਡੀ 'ਤੇ ਆ ਗਈ ਹਾਂ, ਈਜ਼ੀ ਆ ਇੱਦਾਂ ਮੇਰੇ ਮੇਰੇ ਮੋਹਰੇ ਨਿਕਲ ਗਈ, ਉਹ ਕਹਿੰਦੇ ਵੇਟ ਕਰਨਾ ਪੈਂਦਾ, ਖੜੇ ਹੋਣਾ ਪੈਂਦਾ, ਧਾਰ ਬਣਾ ਫਿਰ ਵੇਟ ਕਰਨੀ ਪੈਂਦੀ ਨੈਕਸਟ ਬੱਸ। ਸ਼ਾਮ ਨੂੰ ਬਹੁਤ ਚੜਿਆ ਹੋਇਆ ਆ ਟੈਚੀ, ਰੋਡ ਤੇ ਸਾਰੇ ਜਣੇ ਦੇਖਣ ਡੇ ਸੀਗੇ। ਉੱਥੇ ਅਲਮਾਰੀ ਦਿੱਤੀ ਹੋਈ ਆ, ਉਹਦੇ ਸ਼ੀਸ਼ਾ ਲੱਗਾ ਹੋਇਆ ਹੈ, ਉਹ ਟੇਬਲ ਆ, ਛੋਟਾ ਜਿਹਾ ਰੂਮ ਆ, ਠੀਕ ਆ। ਮੇਰਾ ਫੂਡ ਆ ਗਿਆ ਫਾਈਨਲੀ, ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀਗੀ। ਮੇਰੀ ਥਾਲੀ ਆ, ਮੈਂ ਐਕਸਟਰਾ ਨਾਨ ਕੀਤਾ ਹੋਇਆ ਆ ਅਤੇ ਮੈਂਗੋ ਲੱਸੀ। ਰੋਟੀ ਇਹਨਾਂ ਦੀ ਬਹੁਤ ਜ਼ਿਆਦਾ ਸਵਾਦ ਆ, ਅਤੇ ਇਹਨਾਂ ਦੇ ਜਿਹੜੇ ਨਾਨ ਆ ਨਾ, ਜਿੱਦਾਂ ਮੰਮੀ ਆਪਾਂ ਨੂੰ ਪਰੌਂਠੇ ਨਹੀਂ ਬਣਾ ਕੇ ਦਿੰਦੀਆਂ ਹੁੰਦੀਆਂ ਲੂਣ ਵਾਲੀ ਵਾਲੇ, ਉੱਦਾਂ ਦੇ ਆ, ਬਹੁਤ ਜ਼ਿਆਦਾ ਸਵਾਦ ਨਾਨ ਆ। ਮੈਂਗੋ ਲੱਸੀ ਵੀ ਬਹੁਤ ਜ਼ਿਆਦਾ ਯਮ ਆ। ਭੁੱਖ ਤਾਂ ਮੈਨੂੰ ਉੱਥੇ ਬਹੁਤ ਲੱਗੀ ਸੀ, ਪਰ ਇਹਨਾਂ ਦੀ ਰੋਟੀ